ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਥਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜਿਸ ਵੇਲੇ ਦੀ ਵੱਡੀ ਦੁੱਖਦਾਈ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਦਿਲ ਨੂੰ ਤਹੱਦ ਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਜੀ 2 ਮਹੀਨੇ ਦੀ ਕੁੜੀ ਨੂੰ ਓਵਨ ਦੇ ਵਿੱਚ ਪਾ ਕੇ ਮਾਰਿਆ ਸੋ ਜਾਣਨ ਦੇ ਲਈ ਵੀਡੀਓ ਨੂੰ ਅੰਤ ਤੱਕ ਦੇਖ ਲਿਓ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਏਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਦੱਖਣੀ ਦਿੱਲੀ ਦੇ ਮਾਲਵੀਆ ਨਗਰ ਇਲਾਕੇ ਤੋਂ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਮਾਣੇ ਆਪਣੀ 2 ਮਹੀਨੇ ਦੀ ਧੀ ਦਾ ਗਲਾ ਕੁੱਟ ਕੇ ਕਤਲ ਕਰ ਦਿੱਤਾ ਮਿਲੀ ਜਾਣਕਾਰੀ ਦੇ ਮੁਤਾਬਕ ਮਾਲਵੀਆ ਨਗਰ ਥਾਣਾ ਖੇਤਰ ਦੀ ਚਿਰਾਗ ਦਿੱਲੀ ਪਿੰਡ ਦੀ ਹੈ ਜਿੱਥੇ ਇੱਕ ਮਾਣੇ ਪਹਿਲਾਂ ਆਪਣੀ ਧੀ ਦਾ ਗਲਾ ਕੁੱਟ ਕੇ ਕਤਲ ਕਰ ਦਿੱਤਾ ਫਿਰ ਉਸ ਨੂੰ ਓਵਨ ਵਿੱਚ ਪਾ ਦਿੱਤਾ ਘੜਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੂੰ 2 ਘੰਟੇ ਬਾਅਦ ਦਿੱਤੀ ਗਈ ਫਿਲਹਾਲ ਪੁਲਿਸ ਨੇ ਕਤਲ ਦਾ ਪਰਚਾ ਦਰਜ ਕਰ ਲਿਆ ਇਸ ਦੇ ਨਾਲ ਗਵਾਂਡੀਆਂ ਵੱਲੋਂ ਦੱਸਿਆ ਗਿਆ ਕਿ ਪਹਿਲਾਂ ਲੜਕੀ ਦੀ ਕਾਫੀ ਪਾਲ ਕੀਤੀ ਗਈ ਜਦੋਂ ਨਹੀਂ ਮਿਲੀ ਤਾਂ ਛੱਤ ਤੇ ਦੇਖਿਆ ਤਾਂ ਬੱਚੀ ਓਵਨ ਦੇ ਅੰਦਰ ਮਰੀ ਪਈ ਹੋਈ ਸੀ ਪੁਲਿਸ ਨੇ ਤੁਰੰਤ লাশ ਨੂੰ ਕਬਜ਼ੇ ਦੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਲੜਕੀ ਦੀ ਦਾਦੀ ਨੇ ਦੱਸਿਆ ਕਿ ਉਸ ਦੀ ਨੂੰਹ 30 ਹੋਣ ਦੇ ਕਾਰਨ ਪਰੇਸ਼ਾਨ ਸੀ ਅੱਜ ਉਹ ਖੁਦ ਹੀ ਇਸ ਕਦਨਾ ਨੂੰ ਜਾਮ ਦੇਣ ਤੋਂ ਬਾਅਦ ਤਬੀਅਤ ਦਾ ਖਰਾਬ ਦਾ ਬਹਾਨਾ ਲਾ ਕੇ ਉਹਨੇ ਹਸਪਤਾਲ ਦਾਖਲ ਹੋ ਗਈ ਅਤੇ ਇਸ ਕਾਨੂੰਨੀ ਹਰਕਤ ਦੇ ਨੇ ਇਲਾਕੇ ਦੇ ਵਿੱਚ ਹਲਚਲ